राजकुमार कैटर्स जो कि नेड़े सरपंच कलोनी दुराहा जिला लुधियाना विखे स्थित है, स्पेशल इन कैटरिंग कुकिंग एंड स्वीट्स फॉर मैरिज एंड अदर फंक्शंस। दूरों दूरों लोग इतने पहुँचते हैं तो इतों की सुविधावान का लाभ लेंगे। राजकुमार कैटर्स अपने इलाके में ही नहीं बल्कि दूर दूर तक एक ब्रांड है। साई टीम ने राज जी गलबात की जिन्होंने सानू राजकुमार कैटर्स बारे जानकारी दी। दर्शकों, पंजाब प्लस चैनल से तुहाडा स्वागत है। अज असी तुहानू मिलान जा रहे हैं राजकुमार कैटर्स, एक ऐसा नाम जिन्होंने लंबे समय तो सेवा की आ। राजकुमार जिहड़ा खुद अपने नाम नाले ने कैटरिंग शुरू की आ, और अज जदों कोई फंक्शन हुंदा इन्हां एरियां दे विच अगला कहिंदा राजकुमार नूं सद लो, बाकी सारा बोझ उहदा, असीं तां पैसे देने आ। राजकुमार जी, तुहाडा स्वागत है। धन्यवाद जी। राजकुमार की कहेंगा, किवें ये घालना घालियां, किवें मेहनत कीतियां पहलां तों, और किवें अज राजकुमार दा नाम आ कि जदों लोगों ने कोई फंक्शन करना तो अगला कहिंदा राजकुमार नूं कह दो, आपदे आप ही एडजस्ट कर दो। कोई काम साडा वधिया जी, एक तां साफ सुथरा काम आ जी, कोई ठगी चोरी वाला काम नहीं हैगा, जिहदे नाल जमान गली दे जमान ते उतरी दा जी, ठीक है जी। ते बाकी परमात्मा बाँह फड़ी हुई है, 22 साल हो गए काम करदे नूं, वधिया परमात्मा तरक्की बख्शी आ, गरीबी तों उठे हुए हैं जी, हुण वधिया एरिया पर अपना नौ चलदा जी। राजकुमार की कहना चाहेंगा कि हुण नवां काउंटर भी तुसीं आपदा खोल रहे हो जिहड़ा कि कद्दू रोड दे उपर हैगा दराहे, की कहना चाहोगे कि बड़ी जिंदगी च मेहनत कर ली आ, हुण इक बहन दा भी समां भी थोड़ा जिहा बहवांगे भी, और कैटरिंग तां करांगे लेकिन बहन दा भी इक अड्डा बना रहे। बैठण दा ही कद्दू रोड ते दुकान लई है जी, वह पाउणी है जी, आ के अड्डा वधिया बण जूगा जी परमात्मा इहदे नाल, उत्ते बुकिंग वगैरह हो जाती है, बाकी परमात्मा तरक्कियां दे ही जांदा जी, ਉਹਨਾਂ ਕੰਮ ਕਰੀ ਜਾਈਦਾ ਜੀ। ਵੀਰ ਜੀ, ਐਨ ਆਰ ਆਈ ਵੀਰਾਂ ਦੀ ਪਹਿਲੀ ਪਸੰਦ ਆ ਰਾਜਕੁਮਾਰ, ਕੀ ਕਹਿਣਾ ਚਾਹੋਗੇ? ਜਿਹੜੇ ਬਾਹਰ ਲੋਕ ਗਏ ਉਹ ਤਾਂ ਕਹਿੰਦੇ ਜਾ ਕੇ ਰਾਜਕੁਮਾਰ ਨੂੰ ਮਿਲ ਲਾ ਬਾਈ, ਅਤੇ ਪੈਸੇ ਦੱਸ ਦੇ ਕਿੰਨੇ ਆ, ਅਸੀਂ ਅਕਾਊਂਟ 'ਚ ਪਾ ਦਿੰਦੇ ਹਾਂ ਅਤੇ ਆਪਦੇ ਆਪ ਹੀ ਉਹ ਕਰ ਦੂਗਾ, ਕਿਵੇਂ ਇਹਨਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ? ਇਹਨਾਂ ਨੇ ਕੰਮ ਕੁੰਮ ਆਪਣੇ ਤੋਂ ਛੋਟੇ ਮੋਟੇ ਪੱਲਾ ਕਰਾਉਂਦੇ ਰਹੇ ਨੇ ਵੀਰ ਜੀ, ਉਹਨਾਂ ਦਾ ਪਿਆਰ ਬਣ ਗਿਆ, ਹੁਣ ਅਗਲਾ ਉੱਕਾ ਪੁੱਕਾ ਕਰਾ ਦਿੰਦਾ ਜੀ, ਅਗਲਾ ਕਹਿੰਦਾ ਰਾਜਕੁਮਾਰ ਪੈਸੇ ਦੱਸ ਕਿੰਨੇ ਲੈਣੇ ਨੇ, ਇੰਨੇ ਬੰਦਿਆਂ ਦਾ ਕੰਮ ਆ, ਇੰਨੇ ਪੈਸੇ ਲੱਗਣੇ ਨੇ ਜੀ, ਜਦੇ ਕੰਮ ਆ ਜਾਂਦਾ ਜੀ ਆਪਣੇ ਕੋਲ। ਰਾਜਕੁਮਾਰ ਜੀ, ਤੁਸੀਂ ਅਗਲਾ ਮੰਨ ਲਓ 150 ਬੰਦੇ ਦਾ ਕੰਮ ਕਰਦਾ, ਤੁਸੀਂ ਪਹਿਲੇ 165 ਬੰਦਿਆਂ ਦਾ ਕੰਮ ਅਗਲੇ ਨੂੰ ਕਰਕੇ ਦੇ ਦਿੰਦੇ ਆ, ਔਰ ਅਗਲੇ ਦੇ 10-15 ਬੰਦੇ ਵੱਧ ਜਾਂਦੇ, ਅਗਲਾ ਖੁਸ਼ ਬੜਾ ਹੁੰਦਾ। 200 ਵੀ ਹੋ ਜਾਂਦਾ ਜੀ, ਤਾਂ ਵੀ ਆਪਾਂ ਪੁੱਛਦੇ ਨਹੀਂ ਹੈਗੇ ਜੀ, 150 ਦੇ ਬੰਦੇ ਦਾ ਕਰਕੇ 200 ਵੀ ਭੁਗਤ ਜਾਂਦਾ, ਕੋਈ ਚੱਕਰ ਨਹੀਂ ਹੈਗਾ ਜੀ ਆਪਾਂ ਨੂੰ। ਰਾਜਕੁਮਾਰ ਜੀ, ਕੀ ਕਹਿਣਾ ਚਾਹੋਗੇ ਕਿ ਸਮਾਨ ਤੁਸੀਂ ਪੂਰਾ ਵਧੀਆ ਪਰਚੇਜ ਕਰਦੇ ਹੋ, ਔਰ ਪ੍ਰਪਰੇਸ਼ਨ ਜਿਹੜੀਆਂ ਤੁਹਾਡੀਆਂ ਉਹ ਬਿਲਕੁਲ 1 ਨੰਬਰ ਦੀਆਂ ਹੁੰਦੀਆਂ, ਔਰ ਸਭ ਤੋਂ ਵੱਡੀ ਗੱਲ ਹੈ ਕਿ ਵੈਜ ਅਤੇ ਨੌਨ ਵੈਜ ਜਿਹੜੇ ਦੋਨਾਂ ਦਾ ਤੁਸੀਂ ਡਿਮਾਰਕੇਸ਼ਨ ਕਰਦੇ ਹੋ, ਜਿਹੜੇ ਵੈਜ ਲੋਕ ਆ ਉਹਨਾਂ ਲਈ ਵੈਜ, ਜਿਹੜੇ ਨੌਨ ਵੈਜ ਉਹਨਾਂ ਲਈ ਨੌਨ ਵੈਜ, ਮਤਲਬ ਇਹ ਨਹੀਂ ਹੈ ਕਿ ਵੈਜ ਵਾਲਾ ਜਿਹੜਾ ਬੰਦਾ ਹੈਗਾ ਉਹਨੂੰ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ, ਹਮੇਸ਼ਾ ਤੁਸੀਂ ਦੋਨੇ ਚੀਜ਼ਾਂ ਅਲੱਗ ਰੱਖ ਕੇ ਕੰਮ ਕਰਦੇ ਹੋ। ਸਾਡੀਆਂ ਕੜਾਹੀਆਂ ਲੈਦਾ ਲੱਗੀਆਂ ਹੁੰਦੀਆਂ ਨੇ ਜੀ, ਜੇ ਪਕੌੜੇ ਨੇ ਤਾਂ ਉਹ ਲੈਦਾ ਕੜਾਹੀ ਹੋਊਗੀ, ਵੈਜ ਸਨੈਕਸ ਵਾਲੀ ਲੈਦਾ ਹੋਊਗੀ, ਨੌਨ ਵੈਜ ਵਾਲੀ ਕੜਾਹੀ ਲੈਦਾ ਹੋਊਗੀ ਜੀ, ਆਪਣਾ ਇਹ ਨਹੀਂ ਹੈਗਾ ਵੀ ਇੱਕ ਕੜਾਹੀ ਵਿੱਚ ਆਪਾਂ ਸਾਰਾ ਕੁਝ ਕਰਕੇ ਦੇ ਦਈਏ। ਕੀ ਕਹਿਣਾ ਚਾਹੋਗੇ ਕਿ ਇਸ ਚੈਨਲ ਦੇ ਮਾਧਿਅਮ ਤੇ ਲੋਕ ਦੇਖ ਰਹੇ ਆ, ਪੰਜਾਬ ਦੇ, ਹਰਿਆਣੇ ਦੇ, ਹਿਮਾਚਲ ਦੇ, ਅਗਰ ਦੂਰੋਂ ਵੀ ਬੰਦਾ ਕੋਈ ਕੈਟਰਿੰਗ ਦੇ ਲਈ ਤੁਹਾਡੇ ਨਾਲ ਕੰਟੈਕਟ ਕਰਨਾ ਚਾਹਵੇ, ਜਾਂ ਕੋਈ ਪੈਲਸ ਵਾਲਾ ਜਿਹੜਾ ਬੰਦਾ, ਪੈਲਸ ਤਾਂ ਉਹਨੇ ਬਣਾ ਲਿਆ, ਪੈਸੇ ਲਾਤੇ ਆ, ਪਰ ਚਲਾਉਣਾ ਉਹਨੂੰ ਔਖਾ ਲੱਗ ਰਿਹਾ, ਉਹ ਤੁਹਾਡੀਆਂ ਸੇਵਾਵਾਂ ਨਾਲ ਲੈਣਾ ਚਾਹਵੇ ਤਾਂ ਕੀ ਲੈ ਸਕਦਾ? ਆਪਾਂ ਉਹਨਾਂ ਦੇ ਕੰਮ ਕਰਾਂਗੇ ਜੀ, ਭਾਵੇਂ ਬਾਹਰ ਹੋਵੇ ਭਾਵੇਂ ਨੇੜੇ ਹੋਵੇ ਜੀ, ਉਹ ਕੋਈ ਚੱਕਰ ਨਹੀਂ ਹੈਗਾ ਜੀ, ਆਪਾਂ ਤਾਂ ਜਿੱਥੇ ਵੀ ਕੰਮ ਹੋਇਆ ਜਾ ਕੇ ਘਰ ਆਉਂਦੇ ਹਾਂ। ਰਾਜ ਜੀ, ਤੁਹਾਡਾ ਧੰਨਵਾਦ ਆ ਬਹੁਤ ਬਹੁਤ ਸਮਾਂ ਦੇਣ ਦੇ ਲਈ, ਔਰ ਅਸੀਂ ਚਾਹਾਂਗੇ ਕਿ ਤੁਹਾਨੂੰ ਪਰਮਾਤਮਾ ਹੋਰ ਤਰੱਕੀ ਦੇਵੇ, ਅਤੇ ਅਗਲੀ ਵਾਰ ਅਸੀਂ ਜਦੋਂ ਰਾਜਕੁਮਾਰ ਨਾਲ ਕਰੀਏ ਇਹਦੇ ਕੋਲ ਟਾਈਮ ਹੀ ਨਾ ਹੋਵੇ ਗੱਲ ਕਰਨ ਦਾ। ਨਹੀਂ ਜੀ, ਟਾਈਮ ਤਾਂ ਕੱਢਣਾ ਪੈਂਦਾ ਜੀ ਸਾਰਾ, ਜੇ ਕੰਮ ਚੱਲਦੇ ਤਾਂ ਟਾਈਮ ਵੀ ਜ਼ਰੂਰੀ ਹੈ ਜੀ, ਜੇ ਕੋਈ ਆਇਆ ਤਾਂ ਮਿਲਣਾ ਤਾਂ ਪੈਂਦਾ ਹੀ ਹੈ ਜੀ। ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਧੰਨਵਾਦ।